ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਭਾਈਆਂ ਤੇ ਦੋਸਤਾਂ ਵਾਸਤੇ ਅੱਜ ਭਾਈ ਰਾਸ਼ਦ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਭਾਈ ਜਵੇਦ ਕੋਈ ਮਸਰੂਫੀਅਤ ਦੀ ਵਜ੍ਹਾ ਤੋਂ ਥੋੜ੍ਹਾ ਲੇਟ ਸੀ, ਵੀਡੀਓ ਮੈਂ ਬਣਾ ਰਿਹਾ। ਇਨਸ਼ਾਅੱਲਾ ਤਾਲਾ ਚੈਨਲ ਤੇ ਵੀਰਾਂ ਦੋਸਤਾਂ ਨੂੰ ਮਿਲ ਜਾਏਗੀ। ਭਾਈ ਜਵੇਦ ਨਾਲ ਦੋਸਤ ਭਰਾ ਰਾਬਤਾ ਕਰ ਸਕਦੇ, ਨੰਬਰ ਲੈ ਸਕਦੇ ਹੋ 0300-4050-10-4051। ਭਾਈ ਰਾਸ਼ਦ ਦੀ ਗਾਂ ਲੈ ਕੇ ਹਾਜ਼ਰ ਹੋਇਆ। ਕੈਮਰਾਮੈਨ ਸਾਹਿਬ ਤਸੱਲੀ ਕਰਾਓ, ਮਾਸ਼ਾਅੱਲਾ ਬੜੀ ਖੂਬਸੂਰਤ ਹੈ, ਅੱਛੇ ਪ੍ਰਿੰਟ ਦੇ ਵਿੱਚ ਹੈ, ਬਹੁਤ ਬੜੀ ਹਾਈਟ ਹੈ ਔਰ ਨਸਲ ਜ਼ਾਤ ਹੈ। ਮਾਸ਼ਾਅੱਲਾ ਕੈਮਰੇ ਦੀ ਨਜ਼ਰ ਦੇ ਸਾਹਮਣੇ ਕੋਈ ਵੀਰਾ ਭਰਾਵਾਂ ਦੀ ਜਨਾਬ ਨਜ਼ਰ ਤੋਂ ਚੀਜ਼ ਹੋ ਜਾਣੀ ਹੈ। ਭਾਈ ਰਾਸ਼ਦ ਪਿੱਛੇ ਕੀ ਆਪਣਾ ਵੱਛਾ ਕਿ ਵੱਛੀ ਜਨਾਬ? ਪਿੱਛੇ ਵੱਛੀ ਹੈ, ਵਿੱਚੇ ਚਵਾਈ ਕਰਵਾਵਾਂਗੇ, ਤਸੱਲੀਆਂ ਕਰਵਾਵਾਂਗੇ ਦੋਸਤਾਂ ਵੀਰਾਂ ਨੂੰ। ਕੋਈ ਵੀਰਾ ਭਰਾਵਾਂ ਦੀ ਜਨਾਬ ਚੀਜ਼ ਨਜ਼ਰ ਤੋਂ ਜਾਣੀ ਹੈ। ਬੜਾ ਖੂਬਸੂਰਤ ਆਰਡਰ ਕੁਆਲਿਟੀ, ਥਣ ਬੜਾ ਲਾਜਵਾਬ ਲੱਗਿਆ ਹੋਇਆ ਵਹਿਣ ਨੂੰ ਔਰ ਖੂਬਸੂਰਤੀਆਂ ਮਾਸ਼ਾਅੱਲਾ ਕੈਮਰੇ ਦੀ ਨਜ਼ਰ ਦੇ ਸਾਹਮਣੇ ਨੇ। ਕੋਈ ਵੀਰਾ ਭਰਾਵਾਂ ਦੀ ਜਨਾਬ ਨਜ਼ਰ ਤੋਂ ਚੀਜ਼ ਹੋ ਜਾਣੀ ਹੈ। ਹਰ ਚੀਜ਼ ਦੀਆਂ ਤਸੱਲੀਆਂ ਕਰੀਆਂ ਨੇ, ਚਲਾ ਫਰਾ ਕੇ ਤਸੱਲੀਆਂ ਕਰਵਾਉਣੇ ਆ ਭਰਾਵਾਂ ਦੋਸਤਾਂ ਦੀਆਂ। ਭਾਈ ਰਾਸ਼ਦ ਛੱਡ ਕੇ ਗਾਂ ਨੂੰ ਟੋਰੋ ਫੇਰੋ, ਤਸੱਲੀ ਕਰਾਓ ਪੂਰਾ ਜਾਨਵਰ ਦਾ। ਮਾਸ਼ਾਅੱਲਾ ਬਾਡੀ ਦੇਖ ਸਕਦੇ ਨੇ ਮੇਰੇ ਵੀਰ ਭਰਾ, ਬੜੀ ਮਾਸ਼ਾਅੱਲਾ ਹਾਈਟ ਦੀ ਮਾਲਕ, ਬੜੀ ਨਸਲ ਜ਼ਾਤ ਦੀ ਮਾਲਕ ਹੈ ਜਨਾਬ। ਗਰਮੀ ਸਰਦੀ ਦੀ ਸ਼ਹਜ਼ਾਦੀ ਔਰ ਵਿੱਚੇ ਚਵਾਈ ਕਰਵਾਵਾਂਗੇ, ਤਸੱਲੀਆਂ ਕਰਵਾਉਂਗੇ ਦੋਸਤਾਂ ਵੀਰਾਂ ਨੂੰ। ਕੋਈ ਵੀਰਾਂ ਭਰਾਵਾਂ ਨੂੰ ਤਸੱਲੀ, ਹਰ ਚੀਜ਼ ਦੀ ਇੱਕ ਇੱਕ ਚੀਜ਼ ਦੀ ਤਸੱਲੀ ਹੋਏਗੀ ਇਨਸ਼ਾਅੱਲਾ ਤਾਲਾ ਜੀ। ਥਣ ਬੜਾ ਲਾਜਵਾਬ ਲੱਗਿਆ ਹੋਇਆ ਔਰ ਆਰਡਰ ਕੁਆਲਿਟੀ ਬੜਾ ਔਰ ਥੱਬਿਆਂ ਦੇ ਆਰਡਰ ਕੁਆਲਿਟੀ, ਨਸਲ ਜ਼ਾਤ ਬੜੀ ਆਲਾ ਜਾਨਵਰ ਦੀ। ਚੋਲਸਤਾਨੀ ਫਰੀਜ਼ਨ ਕਰਾਸ ਹੈ ਜਨਾਬ। ਚਾਲ ਟਾਲ ਮੇਰੇ ਵੀਰ ਭਰਾ ਦੇਖਦੇ ਪਏ ਨੇ, ਤਸੱਲੀਆਂ ਕਰਦੇ ਪਏ ਨੇ। ਚੁੰਗਾ ਸਿੰਘ ਲੱਗਿਆ ਹੋਇਆ, ਵੈੜ ਦੀ ਹਾਈਟ ਬੜੀ ਹੈ, ਨਸਲ ਬੜੀ ਹੈ ਔਰ ਮਾਸ਼ਾਅੱਲਾ ਕਰਾਸ ਬਹੁਤ ਆਲਾ ਹੈ। ਚਿੱਟਾ ਸਫੈਦ ਦੁੱਧ ਹੋਏਗਾ, ਤਸੱਲੀਆਂ ਮੇਰੇ ਵੀਰਾਂ ਭਰਾਵਾਂ ਨੇ ਕਰਨੀਆਂ ਨੇ। ਕੋਈ ਵੀਰਾਂ ਭਰਾਵਾਂ ਦੀ ਨਜ਼ਰ ਤੋਂ ਜਨਾਬ ਚੀਜ਼ ਹੋ ਜਾਣੀ ਹੈ। ਬੱਚਾ ਲਾ ਬਾਈ, ਪਿੱਛੇ ਵੱਛੀ ਹੈ ਮਾਸ਼ਾਅੱਲਾ, ਬੜੀ ਖੂਬਸੂਰਤ ਹੈ, ਕਰਾਸ ਵੱਛੀ ਹੈ। ਵੱਛੀ ਦੇ ਉੱਤੇ ਮੇਰੇ ਵੀਰ ਭਰਾ ਬੰਨ ਕੋਈ ਨਹੀਂ, ਨਸਲ ਬੜੀ ਹੈ, ਜ਼ਾਤ ਬੜੀ ਹੈ ਮਾਸ਼ਾਅੱਲਾ। ਵੈੜ ਦੀ ਵੀ ਬੜੀ ਨਸਲ ਹੈ, ਵੱਛੀ ਦੀ ਵੀ ਬੜੀ ਨਸਲ ਜ਼ਾਤ ਹੈ ਜਨਾਬ। ਬੱਚਾ ਲਓ ਭਾਈ। ਦੋਸਤੋ ਚਵਾਈ ਕਰਵਾਉਣ ਦਾ ਮਕਸਦ ਹੁੰਦਾ ਹੈ ਜਾਨਵਰ ਦੀ ਤਸੱਲੀ ਹੋ ਜਾਂਦੀ ਹੈ, ਜਾਨਵਰ ਨੂੰ ਬੰਦਾ ਦੇਖ ਲੈਂਦਾ ਹੈ, ਚਵਾ ਕਰਕੇ ਕੁਛ ਛੱਡ ਤਾਂ ਨਹੀਂ, ਫੁਆਰ ਤਾਂ ਨਹੀਂ, ਦੁੱਧ ਦਾ ਪਤਾ ਲੱਗ ਜਾਂਦਾ, ਨਸਲ ਜ਼ਾਤ ਦਾ ਪਤਾ ਲੱਗ ਜਾਂਦਾ। ਦੋਸਤੋ ਥੋੜ੍ਹੀ ਮਸਰੂਫੀਅਤ ਸੀ ਜਿਹਦੀ ਵਜ੍ਹਾ ਤੋਂ ਜਵੇਦ ਨਹੀਂ ਪਹੁੰਚਿਆ ਔਰ ਮੈਂ ਆਪਣੇ ਵੀਰਾਂ ਨੂੰ ਜਾਨਵਰ ਤਸੱਲੀ ਨਾਲ ਇਨਸ਼ਾਅੱਲਾ ਦਿਖਾਵਾਂਗਾ। ਕੋਈ ਕਮੀ ਪੇਸ਼ੀ ਰਹਿ ਜਾਵੇ ਤਾਂ ਮੇਰੇ ਵੀਰਾਂ ਨੇ ਆਪਣਾ ਕਮੈਂਟ ਦੇ ਵਿੱਚ ਦੱਸ ਦੇਣੀ। ਆਰਡਰ ਕੁਆਲਿਟੀ ਦੇ ਵਿੱਚ ਵੇਨਾ ਮੇਰੇ ਵੀਰ ਦੇਖਦੇ ਪਏ ਨੇ, ਬੜੀ ਮਾਸ਼ਾਅੱਲਾ ਦੁੱਧ ਦੀ ਮਾਲਕ ਹੈ, ਬੜੀ ਨਸਲ ਜ਼ਾਤ ਦੀ ਮਾਲਕ ਹੈ, ਲੱਤ ਬੜੀ ਮੋਟੀ ਮਾਸ਼ਾਅੱਲਾ, ਵੈੜ ਦੀ ਨਸਲ ਬੜੀ, ਜ਼ਾਤ ਬੜੀ ਹੈ ਦੋਸਤਾਂ ਵੀਰਾਂ ਦੀ ਨਜ਼ਰ ਦੇ ਸਾਹਮਣੇ ਜਨਾਬ। ਚਵਾਈ ਕਰਵਾਉਣੇ ਆ, ਤਸੱਲੀ ਵੀਰਾਂ ਭਰਾਵਾਂ ਦੀ ਕਰਵਾਉਣੇ ਆ। ਮਾਸ਼ਾਅੱਲਾ, ਚਲੋ ਭਾਈ ਜਾਨ ਸਾਰੇ ਥਣਾਂ ਚ ਤਾਰ ਤਾਰ ਮਾਰ ਕੇ ਦਿਖਾ ਦੂਜੇ ਹੱਥ ਮੇਰੇ ਵੀਰ ਦੇਖ ਲੈ। ਮਾਸ਼ਾਅੱਲਾ ਬੜਾ ਚਵਾ ਹੈ, ਬੜਾ ਖੂਬਸੂਰਤ ਚਵਾ, ਮੋਟਾ ਅਸੀਂ ਦੂਸਰੇ ਹੱਥ ਨਾਲ ਹੀ ਮਰ ਜਾਂਦਾ ਇਸ ਨੇ। ਹਾਂ ਇਹ ਦੂਸਰੇ ਨੰਬਰ ਵਾਲਾ ਥਾਨ ਹੈ, ਅਣਬਹਿਣੀ ਵਾਲਾ, ਬਹਿਣੀ ਵਾਲਾ ਜੀ, ਅਣਬਹਿਣੀ ਵਾਲਾ ਪਿਛਲਾ ਥਾਨ। ਕੋਈ ਛੱਟ ਨਹੀਂ, ਕੋਈ ਫੁਆਰ ਨਹੀਂ, ਸੋਹਣਾ ਚਵਾ ਹੈ ਮਾਸ਼ਾਅੱਲਾ।
ਅਗਲਾ ਥਾਣਾ ਚੋਵੋ ਭਾਈ ਜੀ ਮਾਸ਼ਾਅੱਲਾ ਬੜਾ ਲਾਜਵਾਬ ਚੁਆ ਹੈ ਮਾਸ਼ਾਅੱਲਾ ਬੈਠ ਦੇ ਤਸੱਲੀਆਂ ਵੀਰਾਂ ਭਰਾਵਾਂ ਨੇ ਕਰਨੀਆਂ ਜਨਾਬ ਚੁਆਈ ਮੇਰੇ ਵੀਰ ਭਰਾ ਚੈੱਕ ਕਰ ਸਕਦੇ ਹੋ ਬੜਾ ਚੁਆ ਹੈ ਮਾਸ਼ਾਅੱਲਾ ਮਾਸ਼ਾਅੱਲਾ ਬੜਾ ਅਨਮੋਲ ਤੋਹਫਾ ਜਨਾਬ ਵੈਰ ਨੇ ਮਿੰਟਾਂ ਸਕਿੰਟਾਂ 'ਚ ਮਾਸ਼ਾਅੱਲਾ ਬਾਲਟਾ ਜਿਹੜਾ 10-12 ਕਿਲੋ 10-12 ਕਿਲੋ ਆ ਬਾਲਟਾ ਮਾਸ਼ਾਅੱਲਾ ਵੈਰ ਨੇ 2-3 ਮਿੰਟਾਂ 'ਚ ਮਾਸ਼ਾਅੱਲਾ ਭਰ ਦਿੱਤਾ ਵੈਰ ਬੜੀ ਮਾਸ਼ਾਅੱਲਾ ਚੁਆ ਨੇ ਵੈਰ ਨੂੰ ਮਾਸ਼ਾਅੱਲਾ ਜੀ ਬੜੀ ਚੁਆਈ ਹੈ ਮਾਸ਼ਾਅੱਲਾ ਬੈਠ ਕੇ ਹਾਲੇ ਮੇਰਾ ਭਰਾ 2 ਥਾਂ ਹੀ ਚੋਈ ਜਾਂਦਾ ਜਨਾਬ 2 ਥਾਂ ਦੇ ਵਿੱਚੋਂ ਮਾਸ਼ਾਅੱਲਾ ਬਾਲਟਾ ਨੇ ਆਪਣੀ 30 ਸੇਰ ਦੀ ਪਾਈ ਜਾਨ ਗਰੰਟੀ ਹੈ ਮਾਸ਼ਾਅੱਲਾ ਹਾਂਜੀ 2 ਥਾਂ ਦੇ ਵਿੱਚੋਂ ਪਾਈ ਨੇ ਮਾਸ਼ਾਅੱਲਾ ਬਾਲਟਾ ਕੋਈ ਵੀਰ ਭਰਾ ਆ ਕੇ 2 ਟਾਈਮ ਚੋਵੇ 30 ਕਿਲੋ ਮੈਂ ਤਾਂ ਚੁਆਵਾਂਗਾ ਇਸ ਬੈਠ ਜੀ ਮਾਸ਼ਾਅੱਲਾ ਇੰਨੇ ਨਹੀਂ ਦੇਣਾ ਤਾਂ ਭਾਈ ਰਾਸ਼ਦ ਕਿੰਨੇ ਦੇਣਾ ਹਾਂਜੀ ਬੜੀ ਬਾਡੀ ਤੇ ਬੜਾ ਮਾਸ਼ਾਅੱਲਾ ਜਾਨਵਰ ਖੁੱਲੇ ਅੱਡਾ ਕਾਠਾਂ ਦੇ ਵਿੱਚ ਮਾਸ਼ਾਅੱਲਾ ਵੈੜ ਇੰਨੇ ਨਹੀਂ ਦੁੱਧ ਦੇਣਾ ਤੇ ਫਿਰ ਦੇਣਾ ਕਿੰਨੇ ਵੈੜ ਵਾਕਈ ਮਾਸ਼ਾਅੱਲਾ ਗਰੰਟੀਆਂ ਛੋਟੀਆਂ ਵਾਲੀ ਗਾਂ ਹੈ ਮਾਸ਼ਾਅੱਲਾ ਬਰਤਨ ਦਿਓ ਭਾਈ ਬਾਲਟੀ ਲਿਆ ਪੁੱਤਰ ਚੁੱਕ ਇਹ 2 ਥਣਾਂ ਦੇ ਵਿੱਚੋਂ ਮਾਸ਼ਾਅੱਲਾ ਬਾਲਟਾ ਕੱਢਿਆ ਭਾਈ ਦੋਸਤਾਂ ਵੀਰਾਂ ਦੇ ਸਾਹਮਣੇ ਕੈਮਰੇ ਦੇ ਅੱਲਾ ਦੇ ਫਜ਼ਲ ਨਾਲ ਕੋਈ ਵੀਰਾਂ ਭਰਾਵਾਂ ਦੀ ਨਜ਼ਰ ਇੱਥੇ ਉਰਲੇ ਸਾਈਡ ਤੇ ਰੱਖ ਇੱਥੇ ਇੱਥੇ ਰੱਖ ਬਾਲਟੀ ਮੁੱਦੀ ਕਰਕੇ ਵਖਾਂਗੇ ਚਾ ਅੱਲਾ ਉਹਦੀ ਆਵਾਜ਼ ਆਵੇਗੀ ਰਮਜ਼ਾਨ ਭਾਈ ਮਾਸ਼ਾਅੱਲਾ ਜੀ ਭਾਈ ਜਾਨ ਵੈਰ ਅੰਗ ਅੰਗ ਮਾਸ਼ਾਅੱਲਾ ਵੈਰ ਦਾ ਦੋਸਤਾਂ ਵੀਰਾਂ ਦੇ ਸਾਹਮਣੇ ਬਹੁਤ ਅੱਡਾਂ ਕਾਠਾਂ ਦੀ ਖੁੱਲੀ ਤੇ ਬੜੀ ਮਾਸ਼ਾਅੱਲਾ ਵੱਡੀ ਵੈੜ ਹੈ ਜਨਾਬ ਫੁੱਲ ਸਾਈਜ਼ ਗਾਂ ਹੈ ਮਾਸ਼ਾਅੱਲਾ ਫੁੱਲ ਸਾਈਜ਼ ਜਿਹਨੂੰ ਕਹਿੰਦੇ ਨੇ ਬੰਦੇ ਕਹਿ ਛੱਡਦੇ ਨੇ ਸ਼ਾਹ ਜ਼ੋਰ ਜਿਹੜੀ ਮਾਸ਼ਾਅੱਲਾ ਉਹ ਪਰਲੇ ਸਾਈਡ ਤੇ ਭਾਈ ਜਾ ਦੇ ਖਲੋਵੇ ਤੇ ਨਜ਼ਰ ਨਹੀਂ ਆਉਂਦਾ ਮਾਸ਼ਾਅੱਲਾ ਐਡਾ ਹਾਈਟ ਹੈ ਮਾਸ਼ਾਅੱਲਾ ਵੈੜ ਦੀ ਫੁੱਲ ਸਾਈਜ਼ ਗਾਂ ਹੈ ਮਾਸ਼ਾਅੱਲਾ ਹੱਥਾਂ ਨਾਲ ਪਿਆਰ ਨਾਲ ਚੋਈਆ ਵੀਰ
ਪਿਆਰ ਨਾਲ ਚੁਈ ਆ ਵੰਗਾ ਸਹੀ ਕਰ ਪਹਿਲਾਂ ਵੰਗਾ ਸਹੀ ਕਰ ਦੋਸਤ ਆਏ ਨੇ ਭਾਈ ਜਵੇਰ ਇੱਥੇ ਪਿੰਡ ਹੀ ਹੈ ਮਾਸ਼ਾਅੱਲਾ ਭਾਈ ਰਾਸ਼ਦ ਦੇ ਨਾਲ ਦੇ ਗਲੀ ਦੇ ਵਿੱਚ ਵੀਡੀਓ ਬਣਾਉਣ ਦਾ ਮਕਸਦ ਇੱਕ ਟਾਈਮ ਥੋੜ੍ਹਾ ਜਿਹਾ ਸ਼ੋਰਟ ਜਿਹਾ ਸੀ ਜਿਹਦੀ ਵਜ੍ਹਾ ਤੋਂ ਵੀਡੀਓ ਮੈਨੂੰ ਸ਼ੁਰੂ ਕਰਨੀ ਪਈ ਹੈ ਮਾਸ਼ਾਅੱਲਾ ਵੈੜ ਬਹੁਤ ਮਾਸ਼ਾਅੱਲਾ ਨਸਲਾਂ ਜ਼ਾਤਾਂ ਵਾਲੀ ਔਰ ਭਾਈ ਰਾਸ਼ਦ ਦਾ ਜਿਹੜਾ ਵੀ ਜਾਨਵਰ ਹੁੰਦਾ ਮਾਸ਼ਾਅੱਲਾ ਇੱਕ ਬ੍ਰਾਂਡ ਹੁੰਦਾ ਔਰ ਮਾਸ਼ਾਅੱਲਾ ਇੱਕ ਨਸਲ ਜ਼ਾਤ ਵਾਲਾ ਹੁੰਦਾ ਔਰ ਸਾਰੀਆਂ ਗਾਵਾਂ ਭਾਈ ਕੋਲ ਮਾਸ਼ਾਅੱਲਾ ਵੱਧ ਤੋਂ ਵੱਧ ਗਾਂ ਖੜੀ ਹੈ ਔਰ ਅੱਲਾ ਦੇ ਫਜ਼ਲ ਨਾਲ ਜਿਹਦੇ 'ਤੇ ਕੈਮਰਾ ਲੱਗਦਾ ਉਹ ਮਾਸ਼ਾਅੱਲਾ ਉਹ ਵੈੜ ਤੁਹਾਨੂੰ ਇਹਦੇ ਤੋਂ ਵੱਧ ਨਜ਼ਰ ਆਏਗੀ ਅੱਲਾ ਦੇ ਫਜ਼ਲ ਨਾਲ ਇੱਕ ਤੋਂ ਇੱਕ ਵੱਧ ਵੈੜ ਖੜੀ ਮਾਸ਼ਾਅੱਲਾ ਭਾਈ ਕੋਲ ਔਰ ਮਾਸ਼ਾਅੱਲਾ ਜਾਨਵਰ ਜਿੱਥੇ ਗਿਆ ਉਹਨੇ ਤਲਕ ਉਹਨੇ ਮਾਸ਼ਾਅੱਲਾ ਬਣਾਇਆ ਜਾਨਵਰ ਦਾ ਔਰ ਮਾਸ਼ਾਅੱਲਾ ਵੈੜ ਦੀ ਚਵਾਈ ਚੈੱਕ ਕਰਨਾ ਮੇਰੇ ਵੀਰ ਭਰਾ ਮਾਸ਼ਾਅੱਲਾ ਭਾਈ ਇਨਸ਼ਾਅੱਲਾ ਅਲਹਮਦੁਲਿਲਾ ਆਪਣਾ ਮਿਆਰ ਵਾਲਾ ਜਾਨਵਰ ਹੁੰਦਾ ਹੈ ਲੱਲੂ ਪੰਜੂ ਆਪਾਂ ਨਾ ਜਾਨਵਰ ਲਿਆ ਨਾ ਵੀਡੀਓ ਤੇ ਲਾ ਬਿਲਕੁਲ ਭਾਈਜਾਨ ਭਾਈਜਾਨ ਮਾੜਾ ਤਾਂ ਜਾਨਵਰ ਹਰ ਬੂਹੇ ਤੇ ਖੜਾ ਚੰਗਾ ਜਾਨਵਰ ਕਿਸੇ ਕਿਸੇ ਦੇ ਬੂਹੇ ਤੇ ਖੜਾ ਹੁੰਦਾ ਅੱਲਾ ਦੇ ਫਜ਼ਲ ਨਾਲ ਭਾਈ ਰਾਸ਼ਦ ਦੇ ਜਿੰਨੇ ਵੀ ਜਾਨਵਰ ਨੇ ਮਾਸ਼ਾਅੱਲਾ ਤੋਹਫੇ ਜਾਨਵਰ ਨੇ ਔਰ ਮਾਸ਼ਾਅੱਲਾ ਚਵਾ ਵੇਖ ਲੈਣ ਮੇਰੇ ਵੀਰ ਭਰਾ ਮਿੰਟਾਂ ਸਕਿੰਟਾਂ ਦੇ ਵਿੱਚ ਵੈੜ ਮਾਸ਼ਾਅੱਲਾ ਭਰੀ ਜਾਂਦੀ ਬਾਲਟੇ ਮਾਸ਼ਾਅੱਲਾ ਇਹ ਮਾਸ਼ਾਅੱਲਾ ਘਰ ਦੇ ਸਾਰੀਆਂ ਬਾਲਟੀਆਂ ਭਰਨ ਵਾਲੀ ਵੈੜ ਹੈ ਮਾਸ਼ਾਅੱਲਾ ਜੀ ਨਸਲ ਬੜੀ ਵੈੜ ਦੀ ਜ਼ਾਤ ਬੜੀ ਹੈ ਦੁੱਧ ਚਿੱਟਾ ਸਫੈਦ ਹੈ ਜਿਸ ਤਰ੍ਹਾਂ ਮੱਝ ਦਾ ਉਹਦੇ ਨਾਲੋਂ ਵੀ ਅੱਲਾ ਦੇ ਫਜ਼ਲ ਨਾਲ ਚਿੱਟਾ ਸਫੈਦ ਦੁੱਧ ਦੇ ਬੜੀ ਕਮਾਲ ਦੀ ਵੈੜ ਹੈ ਮਾਸ਼ਾਅੱਲਾ ਜੀ ਦਿਲ ਖੁਸ਼ ਹੋ ਗਿਆ ਮਾਸ਼ਾਅੱਲਾ ਵੈੜ ਦੇਖ ਕੇ ਜਨਾਬ ਇਨਸ਼ਾਅੱਲਾ ਉਮੀਦ ਹੈ ਕਿ ਦੋਸਤਾਂ ਭਰਾਵਾਂ ਦਾ ਵੀ ਦਿਲ ਖੁਸ਼ ਹੋਇਆ ਹੋਵੇਗਾ ਵੈੜ ਦੇਖ ਕੇ ਵੈੜ ਨੂੰ ਬੜੀ ਨਸਲ ਜ਼ਾਤ ਲੱਗੀ ਜਨਾਬ ਮਾਸ਼ਾਅੱਲਾ ਦੋ ਬਾਲਟੇ ਭਾਈ ਨੇ ਕੱਢੇ ਨੇ ਬਰਤਨ ਦਿਓ ਭਾਈ ਨੇ ਮਾਸ਼ਾਅੱਲਾ ਜੀ ਮੇਰੇ ਵੀਰਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੀਕਰ ਵੀਡੀਓ ਵੇਖਣੀ ਹੈ ਸਕਿੱਪ ਨਹੀਂ ਕਰਨੀ ਮੇਰੇ ਭਰਾਵਾਂ ਨੇ ਇੱਕ ਇੱਕ ਚੀਜ਼ ਨੂੰ ਨਜ਼ਰ ਨਾਲ ਦੇਖਣਾ ਆਦੀ ਨਾਲ ਅੱਲਾ ਦੇ ਫਜ਼ਲ ਨਾਲ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਵੀਰਾਂ ਭਰਾਵਾਂ ਦੀ ਇਨਸ਼ਾਅੱਲਾ ਜਿਹੜੇ ਭਰਾ ਦੀ ਨਜ਼ਰ ਤੇ ਚੜ੍ਹੀ ਅੱਲਾ ਦੇ ਫਜ਼ਲ ਨਾਲ ਉਸ ਬੰਦੇ ਨੇ ਇਨਸ਼ਾਅੱਲਾ ਤਾਲਾ ਇਹ ਗਾਂ ਮੰਗਣੀ ਅੱਲਾ ਦੇ ਫਜ਼ਲ ਨਾਲ ਜਿੰਨਿਆਂ ਬੰਦਿਆਂ ਦੇ 1000 ਵਿਊਜ਼ ਹੋਇਆ 2000 ਵਿਊ ਹੋਇਆ ਇਨਸ਼ਾਅੱਲਾ 2000 ਬੰਦਾ ਹੀ ਮੰਗੇਗਾ ਅੱਲਾ ਦੇ ਫਜ਼ਲ ਨਾਲ ਇਹ ਨਹੀਂ ਗਾਂ ਕਿ ਬੰਦੇ ਵੇਖ ਕੇ ਇਹਨੂੰ ਸਕਿੱਪ ਕਰ ਦੇਣ ਅਤੇ ਬੰਦੇ ਆਖਣ ਨਹੀਂ ਗਾਂ ਲਵਣ ਵਾਲੀ ਨਹੀਂ ਅੱਲਾ ਦੇ ਫਜ਼ਲ ਨਾਲ ਇਹ ਜਿਹੀਆਂ ਗਾਵਾਂ ਬਾਰ ਬਾਰ ਰੋਜ਼ ਰੋਜ਼ ਨਹੀਂ ਲੱਭਦੀਆਂ ਦੋਸਤ ਕੱਢ ਲੈ ਪੈਰ ਕੱਢ ਲੈ ਕੋਈ ਨਹੀਂ ਬੋਲਿਆ ਹੱਥ ਨਾਲ ਛੋਈ ਆ ਵੀ ਜਲਦੀ ਆ ਯਾਰ ਬਾਲਟੀ ਮੂਦੀ ਕਰਕੇ ਦਿਖਾਏਂਗੇ ਬਾਲਟੀ ਮੂਦੀ ਕਰਕੇ ਚੱਲ ਚੋ ਜੀ ਮਾਸ਼ਾਅੱਲਾ ਜੀ ਮੇਰੇ ਦੋਸਤਾਂ ਭਰਾਵਾਂ ਨੇ ਤਸੱਲੀਆਂ ਕਰਨੀਆਂ ਨੇ ਮਾਸ਼ਾਅੱਲਾ ਜਵੇਦ ਬਾਈ ਚੁੱਪ ਕੇ ਇੰਜ ਹੋ ਜਾਏਗੀ ਰਮਜ਼ਾਨ ਬਾਈ ਜਿਵੇਂ ਕਸ਼ਮੀਰੀ ਨੁੱਬੂ ਨੂੰ ਚੜਦਾ ਭਾਈ ਜਾਨ ਨਜ਼ਰ ਆ ਰਿਹਾ ਮਾਸ਼ਾਅੱਲਾ ਬੱਚਿਆਂ ਨੂੰ ਭਾਈ ਖੁੱਲਾ ਛੱਡਦੀ ਬੱਚਿਆਂ ਨੂੰ ਦੁੱਧ ਖੁੱਲਾ ਛੱਡੀ ਵੀ ਇਹਦੇ ਵਿੱਚ ਪਾ ਲੈ ਇਸੇ ਬਾਲਟੀ ਦੇ ਵਿੱਚ ਭਾਈ ਰਾਸ਼ਦ ਤੁਸੀਂ ਆਪ ਗੱਡੀਆਂ ਮਾਰੋ ਤੁਸੀਂ ਮਾਰਨੀਆਂ ਨੇ ਭਾਈ ਜਾਨ ਗੱਡੀਆਂ ਨਹੀਂ ਮਾਰੋ ਤੁਸੀਂ ਆਪ ਗੱਡੀਆਂ ਮਾਰੋ ਆ ਤਾਂ ਚੁੱਕ ਕੇ ਅਦਰ ਲੈ ਇੱਥੇ ਰੱਖ ਲੈ ਦੋ ਇੱਥੇ ਪਿਆ ਰਹਿਣਾ ਇੱਥੇ ਪਿਆ ਰਹਿਣਾ ਕੜਵੀ ਤੇ ਬਾਲਟੀ ਫੜਾ
ਬਸ ਕੋਈ ਚੱਲ ਪੂਰਾ ਕਰ ਪੂਰਾ ਤੇਰ ਜਨਾਬ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੇ ਪੂਰੀ ਵੀਡੀਓ ਦੇਖੀ ਹੈ। ਮੈਂ ਥੋੜ੍ਹਾ ਮਸਰੂਫ ਸਾਂ, ਮਹਿਮਾਨ ਆਏ ਸਨ। ਮੈਂ ਲੜਕਿਆਂ ਨੂੰ ਕਿਹਾ ਕਿ ਜਾ ਕੇ ਵੀਡੀਓ ਬਣਾ ਲਓ, ਐਂਡ 'ਤੇ ਮੈਂ ਤੁਹਾਡੇ ਕੋਲ ਪਹੁੰਚ ਜ਼ਰੂਰ ਜਾਵਾਂਗਾ। ਮੌਕੇ 'ਤੇ ਜਨਾਬ ਪਹੁੰਚੇ ਹਾਂ ਭਾਈ ਰਾਸ਼ਦ ਦੇ ਕੋਲ, ਬਾਕੀ ਰੇਟ ਵਗੈਰਾ ਹਰ ਗੱਲ ਭਾਈ ਰਾਸ਼ਦ ਤੋਂ ਪੁੱਛ ਲਾਂਗੇ। ਚੁਆਈ ਮੇਰੇ ਵੀਰਾਂ ਨੂੰ ਮੇਰੇ ਕੈਮਰਾਮੈਨ ਨੇ, ਔਰ ਹਰ ਗੱਲ ਦੀ ਭਾਈ ਰਾਸ਼ਦ ਨੇ ਵੀ ਤਸੱਲੀ ਕਰਾ ਦਿੱਤੀ ਹੈ। ਔਰ ਕੈਮਰੇ ਦੀ ਅੱਖ ਦੇ ਅੱਗੇ ਬਾਈ ਕਹਿੰਦੇ ਨੇ ਕਿ ਅਸੀਂ 13 ਲੀਟਰ ਬੋਲਾ ਚਵਾ ਦਿੱਤਾ ਹੈ। 13 ਲੀਟਰ ਬੋਲਾ ਬਣਾ ਦਿੱਤਾ ਠੰਡਾ, ਕਿੰਨਵਾਂ ਬੋਲਾ ਹੈ ਇਹ? 5ਵਾਂ ਦਿਨ ਹੋ ਗਿਆ, 5ਵਾਂ ਸੂਈ ਹੋ ਗਿਆ ਜੀ, ਤੇ ਮਗਰ ਬੱਚੀ ਹੈ, ਬੱਚੀ ਮਗਰ ਹੈ। ਅੱਛਾ ਰਾਸ਼ਦ ਬਾਈ, ਸਾਰੀ ਗੱਲ ਵੀਰਾਂ ਭਰਾਵਾਂ ਦੋਸਤਾਂ ਨੇ ਦੇਖ ਲਈ, ਤੁਸੀਂ ਵਿਖਾ ਦਿੱਤੀ। ਹੁਣ ਇਹ ਦੱਸਣਾ ਮੇਰੇ ਭਰਾ ਨੇ ਆਪਣੀ ਗਾਂ ਦਾ ਸੂਆ ਕਿੰਨਾ। ਜਵੇਦ ਬਾਈ ਥੋੜੀ ਜੀ ਮੇਰੀ ਗੱਲ ਗੌਰ ਨਾਲ ਸੁਣਿਆ। ਹਾਂਜੀ, ਜੈਨਮਨ ਦੂਸਰਾ ਸੂਆ ਹੈ। ਅੱਛਾ ਜੀ, 30 ਲੀਟਰ ਗਾਂ ਦੁੱਧ ਨਾ ਕਰੇ, ਕਰੇ ਗਏ ਵੀ ਆਪਾਂ ਜ਼ਿੰਮੇਦਾਰ ਹੋਵਾਂਗੇ। 30 ਲੀਟਰ ਨਾ ਕਰੇ, ਕਰ ਗਏ ਵੀਰਾਂ ਦੇ ਆਪਾਂ ਜ਼ਿੰਮੇਦਾਰ ਹੋਵਾਂਗੇ। ਇਸ ਟਾਈਮ ਜਾਕਰ ਤੁਸੀਂ ਇਸ ਟਾਈਮ 26 ਲੀਟਰ ਦੋ ਟਾਈਮਾਂ ਦਾ ਕੋਈ ਵੀਰ ਭਰਾ ਆ ਕੇ, ਯਾਨੀ ਕਿ ਆਪਣੀ 26 ਦੀ ਗਰੰਟੀ ਹੈ, ਗਰੰਟੀ ਵੀਰਾਂ ਦਾ ਨਸੀਬ। 26 ਲੀਟਰ ਦੀ ਆਪਣੀ ਚੋਲ ਲੈਣ, ਉਹ 35 ਚੋਲ ਲੈਣ, ਉਹ ਜਨਾਬੇ 50 ਚੋਲ। ਹਾਂਜੀ, 26 ਲੀਟਰ ਦੀ ਆਪਣੀ ਗਰੰਟੀ ਹੈ। ਠੀਕ ਹੈ, ਜਿਹੜਾ ਮਰਜ਼ੀ ਵੀਰ ਭਰਾ ਆ ਕੇ ਉੱਤੇ ਦੋ ਟਾਈਮ ਚਵਾਈ ਕਰੇ, ਆਪਾਂ ਨੂੰ ਕੋਈ ਸ਼ਿਕਵਾ ਨਹੀਂ। ਅੱਛਾ ਭਾਈ ਜਾਨ, ਗੱਲ ਇਹ ਕਿ ਪੱਕੀ ਜੀ ਗੱਲ ਕਰਦੇ ਕਿ ਜਿੰਨੇ ਦੀ ਆਪਾਂ ਵੈੜ ਵੀਰਾਂ ਦੇ ਦੇਣੀ, ਜੇ ਦੀ ਪਿੱਛੇ ਦੀ ਚੁੰਗਣ, ਹਰ ਚੀਜ਼ ਦੀ ਗਰੰਟੀ। ਠੀਕ ਹੈ, ਪੱਕੀ ਜੀ ਗੱਲ ਸੁਣਾ, ਗਾਂ ਆਪਾਂ ਕਿੰਨੇ ਦੀ ਦੇਣੀ? 5,20,000 ਦੀ। 5 ਲੱਖ ਨਜਾਇਜ਼ ਜੀ, ਗਾਂ ਨੂੰ ਵੇਖ ਕੇ ਮੁੱਲ ਕਰ। ਜਿਹੜਾ ਗਾਂ ਨੂੰ ਵੇਖ ਕੇ ਮੁੱਲ ਕਰਦਾ ਪਿਆ, ਗਾਂ ਵੀ ਸ਼ਾਹ ਜ਼ੋਰ ਜਿਹੜੀ। ਮੇਰਾ ਭਰਾ, ਗਾਂ ਤੇਰੇ ਚ ਮਾਸ਼ਾਅੱਲਾ ਕੋਈ ਮਸਲਾ ਨਹੀਂ, ਕੋਈ ਮਸਾਇਲ ਨਹੀਂ, ਕੱਦ ਕਾਠ ਹਰ ਪਾਸੋਂ ਗਾਂ ਤੇਰੇ ਚ। 5 ਲੱਖ ਦੀ ਜਵੇਦ ਬਾਈ, ਆਪਾਂ ਗਾਂ ਦਿਆਂ ਪੱਕਿਆ ਜਾ, ਕੋਈ ਰੇਟ ਪੱਕਾ, ਰੇਟ ਕਰ ਦੇ, ਮੁਹੱਬਤ ਕਰਦੇ ਯਾਰ ਜਵੇਦ ਬਾਈ, ਇਹਨਾਂ ਨਾ ਕਰਾਇਆ ਕਰੋ ਗਾਂ ਵਿੱਚ। 5 ਲੱਖ ਕੁੱਲ ਦੀ ਰੋਜ਼ੀ ਲਈ ਜੀ, ਹੋਰ ਵੀ ਪਿਆਰ ਮੁਹੱਬਤ ਕਰਦੇ। 4,90,000 ਦੀ ਫਾਈਨਲ ਦੋਸਤੋ, 5,20,000 ਕਰਦੇ, 4,90,000 ਬਾਈ ਨੇ ਕਿਹਾ। ਇਹਦੇ ਚ ਵੀ ਪਿਆਰ ਮੁਹੱਬਤ ਕਰਾਵਾਂਗਾ। ਕੈਮਰਾਮੈਨ ਸਾਹਿਬ ਦੁਬਾਰਾ ਤੇ ਫਿਰ ਗਾਂ ਮਗਾ ਦਿਓ। ਮਗਰ ਦੋਸਤੋ ਬੱਚੀ ਹੈ, ਸਾਰੀਆਂ ਤਸੱਲੀਆਂ ਕਰਾ ਦਿੱਤੀਆਂ ਨੇ। ਜਿਹੜਾ ਮੇਰਾ ਭਰਾ ਖਰੀਦਣਾ ਚਾਹੁੰਦਾ ਹੈ, ਰਾਬਤਾ ਨੰਬਰ ਲੈ ਸਕਦਾ 0300 ਪੂਰਾ ਜੀ,
510-40-51 ਇਸੇ ਤੋਂ 200 ਵਟਸਐਪ ਨੰਬਰ ਹੈ ਔਰ ਇਸੇ ਤਰ੍ਹਾਂ ਨੰਬਰ ਹੈ। ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਏਨ ਨੂੰ ਇਜਾਜ਼ਤ ਪਾਕਿਸਤਾਨ ਦਿੰਦਾ।